ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜਿਨ੍ਹਾਂ ਦੇ ਸਿਰ ਦੇ ਉੱਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਨੇ, ਜਿਨ੍ਹਾਂ ਦੇ ਕੰਮ ਧੰਦੇ ਜ਼ਿੰਦਗੀ ਦੇ ਰੁਝੇਵੇਂ ਬਹੁਤ ਜ਼ਿਆਦਾ ਨੇ, ਜਿਸ ਕਰਕੇ ਉਹ ਆਪਣੇ ਆਪ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ, ਉਹ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ, ਤਾਂ ਉਹ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ। ਅੱਜ ਦੀ ਵੀਡੀਓ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਤਾਂ ਆਓ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ, ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ। ਤਾਂ ਆਓ ਫਿਰ ਅੱਜ ਦੀ ਇਹ ਕਹਾਣੀ ਇਹ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਇੱਦਾਂ ਹੀ ਕਹਿੰਦੇ, ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਪਰਿਵਾਰ ਦੇ ਵਿੱਚ ਪਤੀ ਪਤਨੀ ਆਪ, ਉਹਨਾਂ ਦੇ ਮਾਤਾ ਪਿਤਾ ਜੀ ਅਤੇ ਦੋ ਉਹਨਾਂ ਦੇ ਬੱਚੇ, ਇੱਕ ਲੜਕਾ ਅਤੇ ਇੱਕ ਲੜਕੀ। ਕਹਿੰਦੇ ਉਹ ਪਰਿਵਾਰ ਬੜੀ ਹੀ ਖੁਸ਼ੀ ਖੁਸ਼ਹਾਲੀ ਆਪਣੀ ਜ਼ਿੰਦਗੀ ਜਿਉਂ ਰਿਹਾ ਸੀ। ਘਰ ਦੇ ਮੁਖੀਏ ਨੇ ਕਮਾਈ ਕਰ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਬੱਚੇ ਜਵਾਨ ਹੋ ਗਏ, ਤਾਂ ਉਹਨੇ ਆਪਣੇ ਪੁੱਤਰ ਦਾ ਵਿਆਹ ਕਰ ਦਿੱਤਾ। ਪਰ ਕਹਿੰਦੇ ਪੁੱਤਰ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਉਹ ਘਰ ਦਾ ਮੁਖੀਆ ਬਿਮਾਰ ਪੈ ਗਿਆ। ਕਾਫੀ ਇਲਾਜ ਕਰਵਾਇਆ ਪਰ ਠੀਕ ਨਾ ਹੋ ਸਕਿਆ। ਉਹਦੇ ਇਲਾਜ ਤੇ ਕਾਫੀ ਸਾਰਾ ਧਨ ਖਰਚਿਆ ਗਿਆ। ਆਖਿਰਕਾਰ ਉਹ ਘਰ ਦਾ ਮੁਖੀਆ ਅਕਾਲ ਚਲਾਣਾ ਕਰ ਗਿਆ। ਕਹਿੰਦੇ ਘਰ ਦੇ ਮੁਖੀਏ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਹਦੇ ਪੁੱਤਰ ਦੇ ਸਿਰ ਤੇ ਆ ਗਈ, ਜੋ ਪੁੱਤਰ ਦਾ ਅਜੇ ਨਵਾਂ ਨਵਾਂ ਵਿਆਹ ਹੋਇਆ ਸੀ। ਨਵੀਂ ਜ਼ਿੰਮੇਵਾਰੀ ਜਿਹਦੇ ਸਿਰ ਤੇ ਪਈ ਸੀ। ਪਰ ਕਹਿੰਦੇ ਇਸ ਇੱਕ ਜ਼ਿੰਮੇਵਾਰੀ ਦੇ ਨਾਲ ਨਾਲ ਸਾਰੇ ਹੀ ਘਰ ਪਰਿਵਾਰ ਦੀ ਜ਼ਿੰਮੇਵਾਰੀ ਉਸ ਨੌਜਵਾਨ ਲੜਕੇ ਦੇ ਉੱਪਰ ਆ ਗਈ, ਜਿਸ ਨੌਜਵਾਨ ਨੂੰ ਕੋਈ ਫਿਕਰ ਫਾਕਾ ਨਹੀਂ ਸੀ। ਉਹਨੇ ਆਪਣੇ ਪਿਓ ਦੇ ਸਿਰ ਤੇ ਬਹੁਤ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਸੀ। ਪਰ ਕਹਿੰਦੇ ਜਦੋਂ ਅਚਾਨਕ ਹੀ ਪਿਤਾ ਜੀ ਅਕਾਲ ਚਲਾਣਾ ਕਰ ਗਏ, ਘਰ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਦੇ ਸਿਰ ਤੇ ਆ ਗਈਆਂ, ਤਾਂ ਕਹਿੰਦੇ ਉਹ ਲੜਕੇ ਨੇ ਖੁਸ਼ੀ ਖੁਸ਼ੀ ਉਹਨਾਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕੀਤਾ, ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਆਪਣੇ ਲਈ ਕੋਈ ਰੁਜ਼ਗਾਰ ਲੱਭਿਆ, ਨੌਕਰੀ ਲੱਭੀ, ਰੋਜ਼ ਨੌਕਰੀ 'ਤੇ ਜਾਇਆ ਕਰੇ, ਰੋਜ਼ ਆਪਣੀ ਕਿਰਤ ਕਮਾਈ ਕਰਿਆ ਕਰੇ। ਜ਼ਿੰਦਗੀ ਦਾ ਇੱਕੋ ਮਕਸਦ ਸੀ ਕਿ ਮੇਰੇ ਪਿਤਾ ਜੀ ਨੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ, ਮੈਂ ਵੀ ਆਪਣੇ ਪਿਤਾ ਜੀ ਵਾਂਗ ਸਾਰੀਆਂ ਜ਼ਿੰਮੇਵਾਰੀਆਂ ਵਧੀਆ ਤਰੀਕੇ ਦੇ ਨਾਲ ਨਿਭਾਵਾਂਗੇ, ਮੈਂ ਆਪਣੇ ਪਰਿਵਾਰ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦੇਵਾਂਗਾ। ਕਹਿੰਦੇ ਇਹੀ ਸੋਚ ਕੇ ਉਹਨੇ ਦਿਨ ਰਾਤ ਕੰਮ ਕਾਰ ਕਰਨਾ, ਕਮਾਈ ਕਰਨੀ, ਉਹਨੇ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਬਣਾ ਲਿਆ ਕਿ ਬਸ ਪੈਸਾ ਕਮਾਉਣਾ ਹੈ, ਪੈਸਾ ਕਮਾ ਕੇ ਆਪਣੇ ਘਰ ਪਰਿਵਾਰ ਦੇ ਜੀਆਂ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਨੀਆਂ ਹੈ। ਕਹਿੰਦੇ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਬੜਾ ਵਧੀਆ ਤਰੀਕੇ ਦੇ ਨਾਲ ਨਿਭਾ ਰਿਹਾ ਸੀ, ਬਸ ਇੱਕੋ ਹੀ ਗੱਲ ਮਾੜੀ ਸੀ ਕਿ ਉਹ ਆਪਣੇ ਆਪ ਨੂੰ ਸਮਾਂ ਦੇਣਾ ਭੁੱਲ ਗਿਆ, ਆਪਣੇ ਪਰਿਵਾਰ ਨੂੰ ਸਮਾਂ ਦੇਣਾ ਭੁੱਲ ਗਿਆ। ਜਿਸ ਪਰਿਵਾਰ ਦੇ ਲਈ ਉਹ ਦਿਨ ਰਾਤ ਕੰਮ ਕਾਰ ਕਰਦਾ, ਉਸ ਪਰਿਵਾਰ ਦੇ ਲਈ ਉਹਦੇ ਕੋਲ ਸਮਾਂ ਨਹੀਂ ਸੀ। ਪਰਿਵਾਰ ਦੇ ਲਈ ਤਾਂ ਛੱਡੋ, ਉਹਦੇ ਕੋਲ ਤਾਂ ਆਪਣੇ ਆਪ ਦੇ ਲਈ ਵੀ ਸਮਾਂ ਨਹੀਂ ਸੀ। ਹੁਣ ਪਹਿਲਾਂ ਵਾਂਗ ਆਪਣੇ ਦੋਸਤਾਂ ਮਿੱਤਰਾਂ ਕੋਲ ਜਾ ਕੇ ਨਹੀਂ ਬੈਠਦਾ, ਕਿਤੇ ਵੀ ਕਦੇ ਘੁੰਮਣ ਫਿਰਨ ਨਹੀਂ ਗਿਆ, ਜੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਉੱਥੇ ਵੀ ਜਾਣ ਤੋਂ ਇਨਕਾਰ ਕਰ ਦਿੰਦਾ। ਆਪਣੇ ਪਰਿਵਾਰ ਦੇ ਜੀਆਂ ਨੂੰ ਕਹਿੰਦਾ ਕਿ ਤੁਸੀਂ ਚਲੇ ਜਾਓ, ਮੇਰੇ ਕੰਮ ਬਹੁਤ ਨੇ, ਮੈਂ ਨਹੀਂ ਜਾ ਸਕਦਾ। ਇਸ ਗੱਲ ਤੋਂ ਕਦੇ ਕਦੇ ਪਤਨੀ ਵੀ ਨਾਰਾਜ਼ ਹੋ ਜਾਂਦੀ, ਪਰ ਕਹਿੰਦੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨਾ ਬਿਜ਼ੀ
ਕਿ ਕਿਸੇ ਦੇ ਲਈ ਸਮਾਂ ਨਾ ਕੱਢ ਪਾਉਂਦਾ। ਇਸ ਗੱਲ ਦਾ ਇਹਨੂੰ ਅਫਸੋਸ ਵੀ ਹੁੰਦਾ ਸੀ। ਕਦੇ ਕਦੇ ਸੋਚ ਕੇ ਬੜਾ ਦੁਖੀ ਹੁੰਦਾ ਕਿ ਮੇਰਾ ਪਹਿਲਾਂ ਵਾਲਾ ਜੀਵਨ ਕਿੰਨਾ ਵਧੀਆ ਸੀ। ਮੈਂ ਆਪਣੀ ਮਰਜ਼ੀ ਦਾ ਮਾਲਕ ਸੀ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਘੁੰਮਣ ਫਿਰਨ ਜਾਂਦਾ ਹਾਂ। ਮੈਨੂੰ ਕਿਸੇ ਗੱਲ ਦੀ ਕੋਈ ਫਿਕਰ ਨਹੀਂ ਸੀ, ਕੋਈ ਚਿੰਤਾ ਨਹੀਂ ਸੀ, ਪਰ ਇੱਕਦਮ ਮੇਰੇ ਸਿਰ 'ਤੇ ਇੰਨੀਆਂ ਜ਼ਿੰਮੇਵਾਰੀਆਂ ਆਉਣ ਪਈਆਂ ਨੇ। ਜਦੋਂ ਆਪਣੇ ਦੋਸਤਾਂ ਮਿੱਤਰਾਂ ਨੂੰ ਘੁੰਮਣ ਫਿਰਨ ਜਾਂਦੇ ਦੇਖਦਾ, ਖੁਸ਼ ਹੁੰਦੇ ਦੇਖਦਾ, ਤਾਂ ਉਹ ਮਨ ਹੀ ਮਨ ਦੇ ਵਿੱਚ ਦੁਖੀ ਹੁੰਦਾ ਕਿ ਇਹਨਾਂ ਦਾ ਜੀਵਨ ਕਿੰਨਾ ਵਧੀਆ ਹੈ, ਇਹਨਾਂ ਨੂੰ ਕੋਈ ਫਿਕਰ ਨਹੀਂ ਆ, ਇਹਨਾਂ ਨੂੰ ਕੋਈ ਚਿੰਤਾ ਨਹੀਂ ਆ। ਇਹ ਤਾਂ ਆਪਣੀ ਮਰਜ਼ੀ ਦੇ ਮਾਲਕ ਨੇ, ਕਿਤੇ ਵੀ ਆ ਜਾ ਸਕਦੇ ਆ, ਪਰ ਮੈਂ ਆਪਣੀਆਂ ਜ਼ਿੰਮੇਵਾਰੀਆਂ ਕਰਕੇ ਕਿਤੇ ਵੀ ਆ ਜਾ ਨਹੀਂ ਸਕਦਾ। ਕਹਿੰਦੇ ਇੱਦਾਂ ਹੀ ਸੋਚ ਸੋਚ ਕੇ ਹੁਣ ਸਟ੍ਰੈਸ ਦੇ ਵਿੱਚ ਰਹਿਣ ਲੱਗਾ, ਚੁੱਪ ਚੁੱਪ ਰਹਿਣ ਲੱਗਾ। ਕਹਿੰਦੇ ਪਰਿਵਾਰ ਦੇ ਮੈਂਬਰ ਵੀ ਇਹਦਾ ਬਦਲਦਾ ਹੋਇਆ ਸੁਭਾਅ ਦੇਖ ਕੇ ਬੜੀ ਚਿੰਤਾ ਦੇ ਵਿੱਚ ਸਨ ਕਿ ਇਹਨੂੰ ਕੀ ਹੁੰਦਾ ਜਾ ਰਿਹਾ ਹੈ। ਪਰਿਵਾਰ ਨੇ ਵੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਹਰ ਵੇਲੇ ਆਪਣੇ ਕੰਮ ਧੰਦੇ ਦੀ ਚਿੰਤਾ ਨਾ ਕਰਿਆ ਕਰ, ਤੂੰ ਕੁਝ ਸਮਾਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਦਿਆ ਕਰ, ਪਰਿਵਾਰ ਦੇ ਵਿੱਚ ਬੈਠਿਆ ਕਰ, ਆਪਣੇ ਮਨ ਦੀ ਗੱਲ ਕਰਿਆ ਕਰ। ਜੇਕਰ ਤੇਰੇ ਦਿਮਾਗ 'ਤੇ ਕੋਈ ਬੋਝ ਆ, ਕੋਈ ਟੈਨਸ਼ਨ ਵਾਲੀ ਗੱਲ ਆ, ਤਾਂ ਤੂੰ ਸਾਨੂੰ ਦੱਸਿਆ ਕਰ। ਤੂੰ ਇਕੱਲਾ ਇਕੱਲਾ ਟੈਨਸ਼ਨਾਂ ਚਿੰਤਾਵਾਂ ਆਪਣੇ ਮਨ ਵਿੱਚ ਨਾ ਰੱਖਿਆ ਕਰ। ਪਰ ਕਹਿੰਦੇ ਇਹ ਲੜਕਾ ਆਪਣੇ ਪਰਿਵਾਰ ਨੂੰ ਕੋਈ ਟੈਨਸ਼ਨ ਨਹੀਂ ਸੀ ਦੇਣਾ ਚਾਹੁੰਦਾ, ਇਸ ਕਰਕੇ ਜੇਕਰ ਕੋਈ ਚਿੰਤਾ ਦੀ ਗੱਲ ਹੁੰਦੀ ਵੀ, ਉਹ ਵੀ ਆਪਣੇ ਮਨ ਦੇ ਵਿੱਚ ਹੀ ਰੱਖਦਾ। ਕਹਿੰਦੇ ਇੱਦਾਂ ਹੀ ਸਮਾਂ ਬੀਤਦਾ ਜਾ ਰਿਹਾ ਸੀ, ਹੁਣ ਇਹਦੇ ਸੁਭਾਅ ਵਿੱਚ ਬਹੁਤ ਬਦਲਾਵ ਆਉਣ ਲੱਗਾ। ਸੁਭਾਅ ਦੇ ਵਿੱਚ ਤਾਂ ਬਦਲਾਵ ਆਉਣਾ ਹੀ ਸੀ, ਇਹਦੇ ਸਰੀਰ ਦੇ ਵਿੱਚ ਵੀ ਕਾਫੀ ਤਬਦੀਲੀਆਂ ਆਉਣ ਲੱਗੀਆਂ, ਇਹ ਬਿਮਾਰ ਰਹਿਣ ਲੱਗਾ। ਇੱਦਾਂ ਹੀ ਕਹਿੰਦੇ ਇੱਕ ਦਿਨ ਸਟ੍ਰੈਸ ਦੇ ਵਿੱਚ ਕੁਝ ਸੋਚਦਾ ਹੋਇਆ ਕਿਤੇ ਜਾ ਰਿਹਾ ਸੀ, ਤਾਂ ਰਸਤੇ ਦੇ ਵਿੱਚ ਇੱਕ ਬਜ਼ੁਰਗ ਬਾਬਾ ਜੀ ਮਿਲੇ। ਉਹ ਬਜ਼ੁਰਗ ਬਾਬਾ ਜੀ ਨੇ ਕਿਹਾ, ਪੁੱਤਰ ਬੜੀ ਟੈਨਸ਼ਨ ਦੇ ਵਿੱਚ ਲੱਗਦਾ ਹੈ, ਕੀ ਗੱਲ, ਕੋਈ ਚਿੰਤਾ ਹੈ ਤਾਂ ਮੈਨੂੰ ਦੱਸ, ਹੋ ਸਕਦਾ ਤੇਰੀ ਚਿੰਤਾ ਪਰੇਸ਼ਾਨੀ ਦਾ ਹੱਲ ਮੈਂ ਦੱਸ ਦੇਵਾਂ। ਤਾਂ ਕਹਿੰਦੇ ਉਹ ਲੜਕੇ ਨੇ ਕਿਹਾ, ਨਹੀਂ ਬਾਬਾ ਜੀ, ਮੇਰੀ ਚਿੰਤਾ ਪਰੇਸ਼ਾਨੀ ਦਾ ਹੱਲ ਤੁਸੀਂ ਨਹੀਂ ਕਰ ਸਕਦੇ। ਕਹਿੰਦੇ ਬਾਬਾ ਜੀ ਨੇ ਫਿਰ ਕਿਹਾ ਵੀ ਪੁੱਤਰ ਇੱਕ ਵਾਰ ਮੈਨੂੰ ਦੱਸ ਕੇ ਤਾਂ ਦੇਖ, ਹੋ ਸਕਦਾ ਹੈ ਮੈਂ ਹੱਲ ਕਰ ਦੇਵਾਂ। ਤਾਂ ਕਹਿੰਦੇ ਉਹ ਲੜਕੇ ਨੇ ਆਪਣੀ ਜੀਵਨ ਦੀ ਸਾਰੀ ਗੱਲਬਾਤ ਦੱਸੀ ਕਿ ਬਾਬਾ ਜੀ, ਇਸ ਤਰ੍ਹਾਂ ਸਾਡਾ ਜੀਵਨ ਬੜਾ ਸੋਹਣਾ ਚੱਲ ਰਿਹਾ ਸੀ, ਮੈਂ ਆਪਣੇ ਪਿਤਾ ਜੀ ਦੇ ਸਿਰ 'ਤੇ ਬਹੁਤ ਐਸ਼ ਕੀਤੀ, ਪਿਤਾ ਜੀ ਨੇ ਬੜੀ ਸੋਹਣੀ ਜ਼ਿੰਦਗੀ ਸਾਨੂੰ ਦਿੱਤੀ, ਪਰ ਜਦੋਂ ਪਿਤਾ ਜੀ ਅਚਾਨਕ ਅਕਾਲ ਚਲਾਣਾ ਕਰ ਗਏ ਤਾਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਸਿਰ 'ਤੇ ਆ ਗਈਆਂ। ਮੈਂ ਹੁਣ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਵਧੀਆ ਤਰੀਕੇ ਦੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਹਾਂ, ਦਿਨ ਰਾਤ ਕੰਮ ਕਾਰ ਕਰਦਾ ਹਾਂ, ਅਤੇ ਮੈਂ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਵਿੱਚ ਕਾਮਯਾਬ ਵੀ ਹਾਂ। ਪਰ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਇੱਕ ਗੱਲ ਵਾਰ ਵਾਰ ਆਉਂਦੀ ਹੈ ਕਿ ਮੇਰਾ ਪਹਿਲਾਂ ਵਾਲਾ ਜੀਵਨ ਕਿੰਨਾ ਵਧੀਆ ਸੀ, ਉਦੋਂ ਮੈਂ ਆਪਣੀ ਮਨ ਮਰਜ਼ੀ ਦੇ ਨਾਲ ਕਿਤੇ ਵੀ ਆ ਜਾ ਸਕਦਾ ਸਾਂ, ਪਰ ਹੁਣ ਮੈਂ ਇਹਨਾਂ ਕੰਮਾਂ ਕਾਰਾਂ ਕਰਕੇ ਕਿਤੇ ਵੀ ਆ ਜਾ ਨਹੀਂ ਸਕਦਾ। ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਸੀ, ਪਰ ਹੁਣ ਕਾਫੀ ਅਰਸਾ ਹੋ ਗਿਆ ਮੈਂ ਕਦੇ ਕਿਤੇ ਘੁੰਮਣ ਫਿਰਨ ਨਹੀਂ ਗਿਆ, ਕਿਸੇ ਰਿਸ਼ਤੇਦਾਰੀ ਦੇ ਵਿੱਚ ਨਹੀਂ ਗਿਆ, ਕਦੇ ਵੀ ਆਪਣੇ ਮਨ ਦੀ ਗੱਲ ਪੂਰੀ ਨਹੀਂ ਕੀਤੀ। ਜਿਸ ਕੰਮ ਨੂੰ ਕਰਕੇ ਮੇਰੇ ਮਨ ਨੂੰ ਖੁਸ਼ੀ ਮਿਲਦੀ ਹੈ ਨਾ, ਕਦੇ ਵੀ ਮੈਂ ਉਹ ਕੰਮ ਨਹੀਂ ਕਰ ਪਾਇਆ। ਸੰਤ ਜੀ ਨੇ ਕਿਹਾ, ਪੁੱਤਰ ਕਿਉਂ ਨਹੀਂ ਕਰ ਪਾਇਆ? ਤਾਂ ਉਹ ਲੜਕਾ ਕਹਿਣ ਲੱਗਾ ਵੀ ਸੰਤ ਜੀ, ਜੇਕਰ ਮੈਂ ਆਪਣੇ ਮਨ ਦੀ ਮੰਨਣ ਲੱਗ ਗਿਆ ਤਾਂ ਫਿਰ ਮੇਰੀਆਂ ਜ਼ਿੰਮੇਵਾਰੀਆਂ ਦਾ ਕੀ ਬਣੇਗਾ, ਮੇਰੇ ਕੰਮਾਂ ਕਾਰਾਂ ਦਾ ਕੀ ਬਣੇਗਾ? ਮੈਂ ਜਦੋਂ ਵੀ ਕਿਤੇ ਆਉਣ ਜਾਣ ਬਾਰੇ ਸੋਚਦਾ ਹਾਂ ਤਾਂ ਮੇਰੇ ਜ਼ਿੰਮੇਵਾਰੀਆਂ, ਮੇਰੇ ਕੰਮ ਮੈਨੂੰ ਚੇਤੇ ਆ ਜਾਂਦੇ ਨੇ, ਪਰ ਜਦੋਂ ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਘੁੰਮਣ ਫਿਰਨ ਜਾਂਦੇ ਦੇਖਦਾ ਹਾਂ, ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਖੁਸ਼ ਦੇਖਦਾ ਹਾਂ,
ਤਾਂ ਮੈਨੂੰ ਬੜਾ ਦੁੱਖ ਜਿਹਾ ਲੱਗਦਾ ਹੈ। ਮੈਨੂੰ ਲੱਗਦਾ ਵੀ ਇਹਨਾਂ ਦੀ ਜ਼ਿੰਦਗੀ ਕਿੰਨੀ ਸੋਹਣੀ ਆ, ਕਿੰਨੀ ਸੌਖੀ ਆ। ਇਹਨਾਂ ਨੂੰ ਕੋਈ ਫਿਕਰ ਫਾਕਾ ਨਹੀਂ ਆ, ਕੋਈ ਚਿੰਤਾ ਨਹੀਂ ਆ। ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਮੇਰੀ ਜ਼ਿੰਦਗੀ ਦੇ ਵਿੱਚ ਹੀ ਆ ਗਈਆਂ ਨੇ। ਕਹਿੰਦੇ ਉਹ ਬਜ਼ੁਰਗ ਬਾਬਾ ਜੀ ਨੇ ਕਿਹਾ, ਨਹੀਂ ਪੁੱਤਰ ਇਹ ਗੱਲ ਨਹੀਂ ਆ। ਭਾਵੇਂ ਕੋਈ ਅਮੀਰ ਆ, ਭਾਵੇਂ ਕੋਈ ਗਰੀਬ ਆ, ਸਭ ਦੀ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰੀਆਂ ਨੇ, ਪਰੇਸ਼ਾਨੀਆਂ ਨੇ, ਚੁਣੌਤੀਆਂ ਨੇ। ਇਹ ਤੈਨੂੰ ਹੀ ਲੱਗਦਾ ਹੈ ਕਿ ਸਿਰਫ ਤੂੰ ਹੀ ਇਸ ਸਮੇਂ ਦੇ ਵਿੱਚੋਂ ਲੰਘ ਰਿਹਾ ਹਾਂ, ਪਰ ਤੈਨੂੰ ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ, ਇਹ ਚਿੰਤਾਵਾਂ ਪਰੇਸ਼ਾਨੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਹੋਇਆਂ ਆਪਣੇ ਆਪ ਨੂੰ ਸਮਾਂ ਦੇਣਾ ਪੈਣਾ ਹੈ। ਇਹ ਸਾਰੇ ਕੰਮ ਜ਼ਿੰਦਗੀ ਦੇ ਨਾਲ ਨਾਲ ਚੱਲਦੇ ਨੇ। ਕਹਿੰਦੇ ਇਸ ਤਰ੍ਹਾਂ ਉਹ ਬਜ਼ੁਰਗ ਬਾਬਾ ਜੀ ਅਤੇ ਨੌਜਵਾਨ ਲੜਕਾ ਗੱਲਾਂ ਕਰਦੇ ਕਰਦੇ ਨਦੀ ਦੇ ਕਿਨਾਰੇ ਪਹੁੰਚ ਗਏ। ਬਜ਼ੁਰਗ ਬਾਬਾ ਜੀ ਨੇ ਨਦੀ ਦੀ ਉਦਾਹਰਣ ਦੇ ਕੇ ਸਮਝਾਇਆ ਕਿ ਆ ਪੁੱਤਰ ਦੇਖ, ਆ ਨਦੀ ਵਗ ਰਹੀ ਆ। ਜੇਕਰ ਆਪਾਂ ਨਦੀ ਦੇ ਪਾਰ ਜਾਣਾ ਹੈ ਤਾਂ ਆਪਾਂ ਨੂੰ ਇਹ ਨਦੀ ਦੇ ਪਾਣੀ ਵਿੱਚ ਉਤਰਨਾ ਪੈਣਾ ਹੈ, ਪਰ ਜੇਕਰ ਆਪਾਂ ਨਦੀ ਦਾ ਪਾਣੀ ਸੁੱਕਣ ਦਾ ਇੰਤਜ਼ਾਰ ਕਰੀਏ ਤਾਂ ਸ਼ਾਇਦ ਕਦੇ ਵੀ ਨਦੀ ਪਾਰ ਨਹੀਂ ਕਰ ਪਾਵਾਂਗੇ। ਉਸੇ ਹੀ ਤਰ੍ਹਾਂ ਜੇਕਰ ਆਪਾਂ ਇਹ ਸੋਚਦੇ ਰਹੇ ਨਾ ਕਿ ਆਹ ਜ਼ਿੰਮੇਵਾਰੀ ਨਿਭਾ ਕੇ ਫਿਰ ਆਪਣੇ ਆਪ ਦੇ ਲਈ ਸਮਾਂ ਕੱਢਾਂਗਾ, ਆਪਣੇ ਆਪ ਨੂੰ ਸਮਾਂ ਦੇਵਾਂਗਾ, ਤਾਂ ਸ਼ਾਇਦ ਉਹ ਸਮਾਂ ਕਦੇ ਨਹੀਂ ਆਵੇਗਾ। ਇਹ ਜ਼ਿੰਦਗੀ ਬਹੁਤ ਛੋਟੀ ਆ ਅਤੇ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿੰਮੇਵਾਰੀਆਂ ਨੇ, ਬਹੁਤ ਕੰਮ ਧੰਦੇ ਨੇ ਅਤੇ ਸਮਾਂ ਵੀ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਇਸ ਕਰਕੇ ਸਮਾਂ ਰਹਿੰਦਿਆਂ ਹੀ ਸਮਾਂ ਸੰਭਾਲਣਾ ਹੈ। ਪੁੱਤਰ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਇਹ ਤਿੰਨ ਕੰਮ ਕਰਨੇ ਸਾਡੇ ਲਈ ਬਹੁਤ ਜ਼ਰੂਰੀ ਨੇ। ਪਹਿਲਾ ਕੰਮ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣਾ, ਕਿਉਂਕਿ ਬਹੁਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਰੱਬ ਦਾ ਨਾਮ ਜਪਣਾ ਬਜ਼ੁਰਗਾਂ ਦਾ ਕੰਮ ਆ, ਪਰ ਨਹੀਂ। ਜਿਵੇਂ ਆਪਾਂ ਆਪਣੇ ਬਾਕੀ ਦੇ ਕੰਮ ਧੰਦੇ ਜਵਾਨੀ ਦੇ ਜ਼ੋਰ 'ਤੇ ਕਰਦੇ ਹਾਂ ਨਾ, ਰੱਬ ਦਾ ਨਾਮ ਵੀ ਜਵਾਨੀ ਦੇ ਜ਼ੋਰ ਵਿੱਚ ਹੀ ਜਪਿਆ ਜਾ ਸਕਦਾ ਹੈ। ਬੁਢਾਪੇ ਦੇ ਵਿੱਚ ਤਾਂ ਚੌਂਕੜਾ ਮਾਰ ਕੇ ਬੈਠਿਆ ਵੀ ਨਹੀਂ ਜਾਂਦਾ। ਇਸ ਕਰਕੇ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਵੀ ਜ਼ਰੂਰੀ ਨੇ, ਕੰਮ ਧੰਦੇ ਕਰਨੇ ਵੀ ਜ਼ਰੂਰੀ ਆ, ਪਰ ਨਾਲ ਨਾਲ ਰੱਬ ਦਾ ਨਾਮ ਜਪਣਾ ਵੀ ਜ਼ਰੂਰੀ ਆ, ਆਪਣੇ ਆਪ ਨੂੰ ਸਮਾਂ ਦੇਣਾ ਜ਼ਰੂਰੀ ਆ, ਆਪਣੇ ਸਰੀਰ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਆ। ਕਿਉਂਕਿ ਜੇਕਰ ਸਾਡਾ ਸਰੀਰ ਤੰਦਰੁਸਤ ਨਰੋਆ ਹੋਏ ਤਾਂ ਹੀ ਅਸੀਂ ਆਪਣੇ ਸਾਰੇ ਕੰਮ ਕਾਰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ। ਅਤੇ ਜਿਸ ਪਰਿਵਾਰ ਦੇ ਲਈ ਤੂੰ ਸਾਰਾ ਦਿਨ ਕੰਮ ਕਾਰ ਕਰਦਾ ਹੈ, ਉਹ ਪਰਿਵਾਰ ਨੂੰ ਤੇਰੇ ਸਮੇਂ ਦੀ ਵੀ ਲੋੜ ਆ। ਉਸ ਪਰਿਵਾਰ ਦੇ ਲਈ ਸਮਾਂ ਕੱਢਣਾ ਵੀ ਜ਼ਰੂਰੀ ਆ, ਕਿਉਂਕਿ ਹਰ ਥਾਂ 'ਤੇ ਪੈਸਾ ਕੰਮ ਨਹੀਂ ਆਉਂਦਾ। ਸੋ ਸੰਗਤ ਜੀ, ਇਹ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਆਪਾਂ ਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਉਂਦੇ ਜੀ ਕੰਮ ਧੰਦੇ ਜ਼ਿੰਮੇਵਾਰੀਆਂ ਨਹੀਂ ਮੁੱਕਣੀਆਂ, ਇੱਕ ਤੋਂ ਬਾਅਦ ਇੱਕ ਜ਼ਿੰਮੇਵਾਰੀ ਕੰਮ ਧੰਦੇ ਸਾਡੇ ਸਾਹਮਣੇ ਆਉਂਦੇ ਰਹਿਣਗੇ, ਪਰ ਇਹਨਾਂ ਕੰਮ ਧੰਦਿਆਂ ਨੂੰ ਕਰਦਿਆਂ ਹੋਇਆਂ, ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਅਸੀਂ ਆਪਣੇ ਆਪ ਨੂੰ ਸਮਾਂ ਦੇਣਾ ਹੈ। ਉਹ ਪਰਮ ਪਿਤਾ ਪਰਮਾਤਮਾ ਦੇ ਲਈ ਸਮਾਂ ਕੱਢਣਾ ਹੈ, ਆਪਣੇ ਸਰੀਰ ਦੇ ਲਈ ਸਮਾਂ ਕੱਢਣਾ ਹੈ, ਕਿਉਂਕਿ ਜ਼ਿੰਦਗੀ ਬਹੁਤ ਛੋਟੀ ਆ ਅਤੇ ਇਹ ਸਮਾਂ ਬੜੀ ਤੇਜ਼ੀ ਦੇ ਨਾਲ ਲੰਘ ਰਿਹਾ ਹੈ ਅਤੇ ਲੰਘਿਆ ਹੋਇਆ ਵੇਲਾ ਮੁੜ ਕੇ ਵਾਪਸ ਨਹੀਂ ਆਉਂਦਾ। ਕਿਤੇ ਇਹ ਨਾ ਹੋਵੇ ਅੱਜ ਆਪਾਂ ਇਹਨਾਂ ਕੰਮਾਂ ਧੰਦਿਆਂ ਰੁਝੇਵਿਆਂ ਕਰਕੇ ਪੈਸੇ ਨੂੰ ਕਮਾਉਣ ਦੀ ਦੌੜ ਦੇ ਵਿੱਚ ਲੱਗ ਕੇ